रब मेर कोई अंत नहीं चादा किति रब मेर कोई अंत नहीं चादा मापे आनु शौक किड्डा पुत दे व्यादा मापे आनु शौक किड्डा पुत दे व्यादा मेरी अंबड़ी नु ओ मेरी अंबड़ी नु नाल न जाओ अड़ियो आप नचो ते हो Thank you.
ਤੁਲੇ ਜਾਵੇ ਰੱਬ ਚ ਕੁੜੀ ਲੰਗਦੀ ਤੇ ਕੇ ਨੀਵੀਆਂ ਪਾਵੇ I'm so sorry.
ترجمة
I'm
ترجمة
رب سچ ڈاڈے ملایا کڑیاں رب سچ ڈاڈے ملایا کڑیاں تیرے سر نو سجایا لالا پھل کلیاں تیرے سر نو سجایا لالا پھل کلیاں تیرے نو سجایا لالا پھل کلیاں تیرے سر نو سجایا لالا پھل کلیاں کلیاں تیرے سر نو سجایا لالا پھل کلیاں
دل دیاں دل وچ سبے دب لینے آ کہنا بھی چاہیے پر تامی چپ رہنے آ دل دیاں دل وچ سبے دب لینے آ کہنا بھی چاہیے پر تامی چپ رہنے آ نینا نو لوڑ تیری دید دی دور بھی رہنا نہیں ہوندا دل نو تیرے نا کنا پیارے سانو تے کہنا بھی نہیں ہوندا دل نو تیرے نا کنا پیارے سانو تے کہنا بھی نہیں ہوندا سانو تے کہنا
ਗੁਰ ਕਾ ਤਰਸੂੰ ਦੇਖ ਦੇਖ ਜੀਵਾਂ ਗੁਰ ਕੇ ਚਰਨ ਤੋਏ ਤੋਏ ਪੀਵਾਂ ਗੁਰ ਕਾ ਦਰਸਨ ਦੇਖ ਦੇਖ ਜੀਵਾਂ ਗੁਰ ਕੇ ਚਰਨ ਤੋਏ ਤੋਏ ਪੀਵਾਂ ਇਸ ਗੁਰੂ ਕੋ ਸਿਮਰੋ ਸਾਸ ਸਾਸ ਗੁਰੂ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਤ ਇਸ ਗੁਰੂ ਕੋ ਸਿਮਰੋ ਸਾਸ ਸਾਸ ਗੁਰੂ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਤ ਗੁਰ ਕਾ ਦਰਸਨ ਦੇਖ ਦੇਖ ਜੀਵਾਂ What?
ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੀਹ ਚਲਾਈ ਤੇਗ ਵਾਹੇ ਦੇਖ ਐਨਰਟ ਕੀਤਾ ਇਤਨਾ ਪਿਆਰਿਆਂ ਸਚਰਨ ਮਈ ਦਾ ਚੰਦਰ ਕੇ ਖਾਲਸਾ ਸਾਹਿਬ ਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸੁਰਤ ਗੁਰਦੁਆਰਿਆਂ ਦੇ ਦਰਸ਼ਨ ਦਾਰ ਜੀ ਕਾ ਚੰਦਰ ਕੇ ਖਾਲਸਾ ਸਾਹਿਬ ਲੋ ਜੀ ਵਾਹਿਗੁਰੂ ਵਾਹਿਗੁਰੂ ਇਹ ਨਿਮਾਣਿਆਂ ਦੇ ਮਾਣ ਸਤਿਗੁਰੂ ਨਤਾਣਿਆਂ ਦੀ ਤਾਂ ਡਿਊਟੇ ਡਿਊਟੇ ਤੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੰਤਨ ਹਾਜ਼ਰ ਹਜ਼ੂਰ
ਸਰਵਕਲਾ ਪੂਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚਰਨ ਗਾਉਣਾ ਪਾਸੇ ਅਰਦਾਸ ਬੇਨਤੀ ਹੈ ਜੀ ਅੱਜ ਮਾਂ ਬਾਪ ਦਾ ਕੀਤਾ ਰੂੜੀ ਕੰਮ ਸਰ ਪਏ ਆਖੀਏ ਕੱਲ੍ਹ ਦੇ ਸਵਾਲ ਸਤਿਗੁਰੂ ਸਾਹਿਬ ਸਕੇਲਾ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਜੋ ਮੰਗੇ ਠਾਕੁਰ ਆਪਣੇ ਅਤੇ ਸੂਈ ਸੂਈ ਦੇਵਾ ਨਾਨਕ ਦਾਸ ਮੁਤੀ ਜੀ ਬੋਲੇ ਕੀਆਂ ਵਾ ਸਾਚੇ ਸੱਚੇ ਪਾਤਸ਼ਾਹ ਦਰਸ਼ਾ ਦੀ ਕੀਤਾ ਦਰਸ਼ਾ ਦੇ ਕਹਿੰਦੇ ਸੱਚੇ ਪਾਤਸ਼ਾਹ ਜੀ ਸਰਦਾਰ ਅਜਮੇਰ ਸਿੰਘ ਜੀ ਸੱਚੇ ਪਾਤਸ਼ਾਹ ਜੀ ਆਪਣੀ ਬੇਟੀ ਬੀਬੀ ਅਮਨਦੀਪ ਕੌਰ ਦਾ ਸਗਨ ਹੈ ਕਾਕਾ ਮਨਜੀਤ ਸਿੰਘ ਇਸ ਪੁੱਤਰ ਸਰਦਾਰ ਜਸਵਿੰਦਰ ਸਿੰਘ ਝੋੜੀਏ ਪਾਉਣ ਲੱਗੇ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਨੀ ਬਖਸ਼ੀ ਕਰਨੀ ਰੰਜ ਕਰਨੀ ਸੱਚੇ ਪਾਤਸ਼ਾਹ ਜੀ ਇਹ ਜੋੜੀ ਜਿਵੇਂ ਯੁਗ ਚਾਰ ਦਿਹਾੜੇ ਦੀ ਮਾਵਾਂ ਕਾਂਸਾ ਜੋੜੀ ਦੇ ਸਿਰ 'ਤੇ ਮੇਰਾ ਪ੍ਰਾਰਥਨਾ ਵੱਡੀਆਂ ਵੱਡੀਆਂ ਅਰਜ਼ੀਆਂ ਕਰਨੀਆਂ ਮਾਤਾ ਪਿਤਾ ਦਾ ਆਗਾ ਕਰੀ ਹੁਣ ਦਾ ਮਾਣ ਪੁੱਛਣਾ ਦੇਸ਼ ਕੰਮ ਤੱਕ ਦੇ ਸੇਵਾ ਕਰਨ ਦੀ ਬਲ ਬੁਸ਼ੀ ਬੁੱਧ ਬਸ਼ੇ ਸੱਚੇ ਪਾਤਸ਼ਾਹ ਜੀ ਸਰਦਾਰ ਅਜਮੇਰ ਸਿੰਘ ਜੀ ਵੱਲੋਂ ਆਪਣੀ ਬੇਟੀ ਅਮਨਦੀਪ ਕੌਰ ਦਾ ਸਗਨ ਕਾਕਾ ਮਨਜੀਤ ਸਿੰਘ ਝੋਲੀ ਵਿੱਚ ਪਾਉਣ ਦੀ ਆਗਿਆ ਪੁੱਛੋ ਜੇ ਇਸ ਦੀ ਅਰਦਾਸ ਚੜ੍ਹਨਾ ਕੌਣਾ ਪਾਸ ਸੀ ਪੈਰ ਮੇਲ ਜਿਹਨੇ ਮੈਂ ਕਨਾ ਚਿੱਤਾ ਹੈ ਨਾਨਕ ਨਾਮ ਚੜ੍ਹਦੀ ਕਰਾ ਤੇਰੇ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੇ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੀਨ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਮਰਾਓ ਸ੍ਰੀ ਹਰਾਏ ਘਰ ਨੁਣ ਧਿਆਵੈ ਤਾਏ
ਸਭ ਥਾਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਹੈ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਤਾ ਜੀ ਕਾ ਧੰਨ ਤਰਕੇ ਖਾਲਸਾ ਜੀ ਸਭ ਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੋਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇ ਚਲਾਈ ਤੇ ਗਵਾਹੀ ਦੇਹ ਕਿਨ ਡਿੱਠੇ ਕੀਤਾ ਤਨਾ ਪਿਆਰਿਆ ਸੱਚਿਆ ਰੰਗ ਮਈ ਦਾ ਧਿਆਨ ਤਰਕੇ ਖਾਲਸਾ ਜੀ ਸਭ ਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤੇ ਗੁਰਦੁਆਰਿਆਂ ਦੇ ਗੁਰੂ ਇਹ ਨਿਮਾਣਿਆਂ ਦੀ ਮਹਾਨ ਸਤਿਗੁਰੂ ਨਿਕਾਣਿਆਂ ਦੇ ਤਾਣ ਨਿਉਟਿਆਂ ਦੀ ਉਠਨੇ ਆਸਰਿਆਂ ਦੇ ਆਸਰੇ ਹਾਜ਼ਰ ਹਜ਼ੂਰ ਹੈ ਸਤਿਕਲਾ ਪ੍ਰਭੂਰੇ ਗੁਰਤਾ ਗੱਦੀ ਤੇ ਬਰਾਜਮਾਨ ਸਤਿਗੁਰੂ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਨਾ ਗੁਰਾ ਪਾਸ ਅਰਦਾਸ ਬੇਦੀ ਹਾਜੇ ਆਦਮਾ ਵਾ ਕਲ ਖੁਸ਼ੀਆਂ ਪਾਤਸ਼ਾਹੀਆਂ ਜੇ ਸਾਧੂ ਨਜ਼ਰ ਕਰੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਤੇ ਜੋ ਬੋਲੇ ਇਉਂ ਸੱਚ ਹੋਏ ਕੀਤਾ ਲੋੜੇ ਕੰਮ ਸਰਪ ਆਖੀਏ ਤਿਆਂ ਦਾ ਦੋਹਾਂ ਪਰਿਵਾਰਾਂ ਦਾ ਆਸੀ ਮੇਲ ਮਿਲਾਪ ਹੋਣ ਲੱਗਾ ਹੈ ਆਪ ਜੀ ਨੇ ਕਿਰਪਾ ਕਰਨੀ ਰਵਿਤ ਕਰਨੀ ਬਸ਼ੇ ਕਰਨੇ ਦੋਹਾਂ ਪਰਿਵਾਰਾਂ ਦਾ ਆਸੀ ਮੇਲ ਮਿਲਾਪ ਭਾਈਚਾਰਾ ਇਤਫਾ ਪੁੱਛਣਾ ਦੋਹਾਂ ਪਰਿਵਾਰਾਂ ਦੀ ਆਸ ਵਿੱਚ ਬਣਿਆ ਵੇ ਸੱਚੇ ਪਾਤਸ਼ਾਹ ਏ ਦੋਹਾਂ ਪਰਿਵਾਰਾਂ ਨੇ ਜਿਹਨੇ ਜਿਹਨਾਂ ਭਾਵਨਾਵਾਂ ਕਰਕੇ ਚਰਨ ਪਰਸਿਆ ਨੇ ਸੋ ਭਾਵਨਾਵਾਂ ਸਪੂਰਨਕਣੀਆਂ ਸੇਵਕਾਂ ਦੇ ਕਾਰਜ ਰਾਸ ਕਰਨੇ ਵਿਆਹ ਕਾਰਜਾਂ ਵਿੱਚ ਸਫਲਤਾਵਾਂ ਪੁੱਛਣੀਆਂ ਸੱਚੇ ਪਾਤਸ਼ਾਹ ਏ ਇਸ ਵਕਤ ਮਿਲਣੀ ਦੀ ਰਸਮ ਅਦਾ ਹੋਣ ਲੱਗੀ ਹੈ ਆ ਬੈਗਾ ਬਖਸ਼ੋ ਮਿਲਣੀ ਕੀਤੀ ਜਾਵੇ ਦੋਹਾਂ ਪਰਿਵਾਰਾਂ ਦਾ ਸਿਮੇ ਮਿਲਾਪ ਬਖਸ਼ੇ ਸਭ ਸੰਗਤਾਂ ਦੇ ਕਾਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤਾਂ ਨੱਚ ਤਿਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ